ਬਠਿੰਡਾ ਦੀ ਭਾਗੂ ਰੋਡ ਤੇ ਪੀਟਰ ਕਲੀਨਿਕ ਦੇ ਵਿੱਚ ਹੋਇਆ ਹਗਾਮਾ। ਪੁਲਿਸ ਵੀ ਮੌਕੇ ਤੇ ਪਹੁੰਚੀ। ਦੱਸਦੀ ਹੈ ਕਿ ਭਾਗੂ ਰੋਡ ਤੇ ਸਥਿਤ ਇੱਕ ਪੀਟਰ ਕਲੀਨਿਕ ਦੇ ਉੱਤੇ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਇੱਕ ਡਾਕਟਰ ਵੱਲੋਂ ਮੈਡੀਕਲ ਬਣਾਉਣ ਤੇ ਕਿਸੇ ਔਰਤ ਦਾ ਵੀਜ਼ਾ ਰਿਜੈਕਟ ਹੋ ਗਿਆ। ਇਸ ਔਰਤ ਦਾ ਕਹਿਣਾ ਹੈ ਕਿ ਮੈਂ ਇਸ ਡਾਕਟਰ ਕੋਲ ਆਈ ਨਹੀਂ, ਲੇਕਿਨ ਇਸ ਨੇ ਕਿਸੇ ਫੇਕ ਬੰਦੇ ਨੂੰ ਇੱਕ ਮੈਡੀਕਲ ਬਣਾ ਕੇ ਦਿੱਤਾ ਜੋ ਮੇਰੀ ਫਾਈਲ ਦੇ ਨਾਲ ਲਗਾਇਆ ਗਿਆ ਅਤੇ ਜਿਸ ਦੇ ਕਾਰਨ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਅਤੇ ਉਹਨਾਂ ਨੇ ਇਸ ਡਾਕਟਰ 'ਤੇ ਪਰਚੇ ਦੀ ਮੰਗ ਕੀਤੀ ਹੈ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਭਾਗੂ ਰੋਡ 'ਤੇ ਪੀਟਰ ਕਲੀਨਿਕ ਦੀਆਂ, ਜਿੱਥੇ ਪੁਲਿਸ ਫੋਰਸ ਵੀ ਮੌਕੇ 'ਤੇ ਪਹੁੰਚੀ ਹੋਈ। ਮੇਰਾ ਨਾਮ ਜਸਪ੍ਰੀਤ ਕੌਰ ਹੈ ਸਰ। ਸਰ ਮੈਂ ਇਸ ਟਾਈਮ ਡਾਕਟਰ ਪਰਮਿੰਦਰ ਸਿੰਘ ਪੀਟਰ ਕਲੀਨਿਕ 'ਤੇ ਖੜੀ ਹਾਂ। ਇਹਨਾਂ ਨੇ ਮੇਰਾ ਫੇਕ ਮੈਡੀਕਲ ਬਣਵਾ ਕੇ ਮੇਰੀ ਫਾਈਲ ਅੰਬੈਸੀ 'ਚ ਲੱਗੀ ਹੋਈ ਸੀ ਅਤੇ ਮੇਰਾ AIP ਆਇਆ ਹੋਇਆ ਸੀ, ਉਸਦਾ ਮਤਲਬ ਹੁੰਦਾ ਵੀਜ਼ਾ, ਪਰ ਉਹ ਫੇਕ ਮੈਡੀਕਲ ਲੱਗਣ ਦੇ ਕਾਰਨ ਮੇਰੀ ਫਾਈਲ ਹੈ ਜਿਹੜੀ ਵਿਦਡਰਾ ਹੋ ਗਈ ਹੈ ਅਤੇ ਇਸ ਡਾਕਟਰ ਨੇ ਮੇਰਾ ਫਿਊਚਰ ਹੈ ਜਿਹੜਾ ਸਾਰਾ ਸਪੋਇਲ ਕਰ ਦਿੱਤਾ। ਸੋ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਮੇਰੀ ਇਹੀ ਰਿਕੁਐਸਟ ਹੈ। ਅਤੇ ਮੈਡੀਕਲ ਤੁਸੀਂ ਕਰਵਾਇਆ ਜਾਂ ਕੋਈ ਹੋਰ ਕਰਵਾ ਜਾ? ਇਹਨਾਂ ਨੇ ਸਰ ਕਿਸੇ ਨੂੰ ਥਰਡ ਪਰਸਨ ਨੂੰ ਬਣਵਾ ਕੇ ਦਿੱਤਾ। ਮੈਂ ਇੱਥੇ ਇਸ ਡਾਕਟਰ 'ਤੇ ਫਸਟ ਟਾਈਮ ਵਿਜ਼ਿਟ ਕੀਤਾ, ਮੈਂ ਪਹਿਲਾਂ ਇੱਥੇ ਕਦੇ ਨਹੀਂ ਆਈ ਸੀ। ਵੀਜ਼ਾ ਕਿੱਥੇ ਲਗਵਾਇਆ ਸੀ? ਵੀਜ਼ਾ ਸਰ ਵੀਜ਼ਾ ਪੁਆਇੰਟ ਏਜੰਟ ਨੇ ਇੱਥੇ ਬਠਿੰਡਾ 'ਚ, ਉਹਨਾਂ ਤੋਂ ਲਗਵਾਇਆ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕੋਈ ਹੋਰ ਬਣਵਾ ਕੇ ਗਿਆ? ਸਰ ਉਹ ਜਦੋਂ ਅਸੀਂ ਫਾਈਲ ਅੰਬੈਸੀ 'ਚ ਲਗਾਈ ਸੀ ਤਾਂ ਉੱਥੇ ਵਿਦਡਰਾਅ ਦਾ ਇਹ ਰੀਜ਼ਨ ਆਇਆ, ਲੈਟਰ ਅਸੀਂ ਉੱਥੋਂ ਫਿਰ ਏਜੰਟ ਤੋਂ ਲਿਆ। ਸਰ ਕੀ ਨਾਮ ਤੁਹਾਡਾ? ਕੀ ਨਾਮ ਹੈ? ਨਾਮ ਮੇਰਾ ਰੇਸ਼ਮ ਸਿੰਘ ਜੀ, ਮੇਰੀ ਵਾਈਫ ਜਸਪ੍ਰੀਤ ਕੌਰ। ਸਰ ਮਾਮਲਾ ਇਹ ਸੀਗਾ ਜੀ, ਇਹਨਾਂ ਨੇ ਜਿਹੜਾ ਮੈਡੀਕਲ ਬਣਾਇਆ ਜੀ ਮੇਰੀ ਮੈਡਮ ਦਾ, ਉਹ ਫੇਕ ਬਣਾਇਆ ਜੀ। ਉਸ ਆਧਾਰ 'ਤੇ ਸਾਡਾ AIP ਮੇਰੀ ਮੈਡਮ ਦਾ ਆਇਆ ਹੋਇਆ ਸੀ ਕੈਨੇਡਾ ਤੋਂ, ਠੀਕ ਹੈ ਜੀ। ਵੀਜ਼ਾ ਲਾਇਆ ਹੋਇਆ ਸੀ ਅਤੇ ਉਹਦੇ ਮੈਂ AIP ਆਉਣ ਦੇ ਬਾਵਜੂਦ ਸਾਡਾ ਜਿਹੜਾ ਵੀਜ਼ਾ ਸੀ ਉਹ 100% ਸ਼ੋਰ ਸੀਗਾ ਜੀ। ਇਹਨਾਂ ਨੇ ਫੇਕ ਮੈਡੀਕਲ ਬਣਾ ਕੇ, ਠੀਕ ਹੈ ਜੀ, ਉਹ ਜਿਹੜਾ ਸਾਡੀ ਫਾਈਲ ਆ ਉਹ ਵਿਡਰਾਅ ਕਰਾਈ ਗਈ ਹੈ, ਠੀਕ ਹੈ ਜੀ। ਇਹਨਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਬੰਦੇ ਇਕੱਲੇ ਸਾਡੇ ਨਾਲ ਨਹੀਂ, ਹੋਰ ਬਹੁਤ ਮਤਲਬ ਇਹਨਾਂ ਦੇ ਜਿਹੜੇ ਘੁਲਾਟੇ ਨੇ ਉਹ ਨਿਕਲਣਗੇ ਜੀ। ਇਹਨਾਂ ਨੇ ਬਹੁਤ ਜ਼ਿਆਦਾ ਫੇਕ ਜਿਹੜਾ ਸਿਸਟਮ ਬਣਾਇਆ ਹੋਇਆ, ਠੀਕ ਹੈ ਜੀ। ਇਹਨਾਂ ਹੁਣ ਵੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਕਿਉਂ ਬਣਾਇਆ ਤੁਸੀਂ, ਕਹਿੰਦੇ ਜੀ ਸਾਡੇ ਤੋਂ ਕੋਈ ਵੀ ਬਣਵਾ ਸਕਦਾ, ਕਹਿੰਦੇ ਕੋਈ ਵੀ ਆਵੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਤਾਂ ਸਿਰਫ ਉਹਨੂੰ ਲਿਖ ਕੇ ਦੇਣਾ। ਇਹ ਤਾਂ ਕੋਈ ਕਿਸੇ ਦਾ ਰਾਈਟ ਨਹੀਂ ਨਾ ਬਣਦਾ ਜੀ, ਅਸੀਂ ਕਿਸੇ ਦਾ ਕਿਸੇ ਦੀ ਜ਼ਿੰਦਗੀ ਨਾਲ ਖੇਡੀਏ, ਕਿਸੇ ਦੇ ਬਿਨਾਂ ਆਉਣ ਤੋਂ ਆਪਾਂ ਕਿਸੇ ਨੂੰ ਅਨਫਿੱਟ ਕਿਵੇਂ ਕਹਿ ਸਕਦੇ ਹਾਂ, ਠੀਕ ਹੈ ਨਾ ਜੀ। ਇਸ ਗੱਲ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦਾ ਜਿਹੜਾ ਕਲੀਨਿਕ ਹੈ ਬਕਾਇਦਾ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਇਹਦੀ ਪੁਸ਼ਟੀ ਕਰਕੇ ਇਹਨਾਂ 'ਤੇ ਜੋ ਪਰਚਾ ਬਣਦਾ, ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਅਤੇ ਉਹ ਕੀਤੀ ਜਾਵੇ। ਤੁਹਾਡੇ ਡਾਕਟਰ ਵੀ ਰਹੇ? ਇਹਦੀ ਸਾਨੂੰ ਵੀ ਨਹੀਂ ਕਲੀਅਰ ਹੈਗਾ ਜੀ, ਅਸੀਂ ਪਹਿਲੀ ਵਾਰੀ ਇਹ ਬੰਦੇ ਦਾ ਕਲੀਨਿਕ ਦੇਖਿਆ ਜੀ, ਉਹ ਵੀ ਪੁੱਛ ਕੇ ਆਏ ਹਾਂ ਅਸੀਂ। ਸਾਡੇ ਕੋਲ ਸਰਟੀਫਿਕੇਟ ਜਿਹਨਾਂ ਦਾ, ਇਹਨਾਂ ਦੀ ਜਿਹੜੀ ਮੈਡੀਕਲ ਰਿਪੋਰਟ ਬਣੀ ਹੋਈ ਹੈ ਉਹ ਸਾਡੇ ਕੋਲ ਆਈ, ਅਸੀਂ ਇਹਨੂੰ ਲੱਭਦੇ ਲੱਭਦੇ ਇੱਥੇ ਭਾਗੂ ਰੋਡ 'ਤੇ ਆਏ ਹਾਂ ਜੀ, ਠੀਕ ਹੈ ਜੀ। ਜੇ ਅਸੀਂ ਅੰਦਰ ਪੁੱਛਿਆ ਇਹਨਾਂ ਨੂੰ, ਇਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ। ਸਾਨੂੰ ਇੱਕ ਮੈਡਮ ਨੇ ਜੀ ਅੰਦਰ ਇਹਨਾਂ ਨੇ ਬੁਲਾਏ, ਬਾਅਦ ਦੇ ਵਿੱਚੋਂ ਫੋਨ ਕਰਕੇ ਉਹ ਕਹਿੰਦੇ ਅਸੀਂ ਐਡਵੋਕੇਟ ਹਾਂ, ਤੁਹਾਡਾ ਮਤਲਬ ਨਹੀਂ ਬਣਦਾ, ਜੇ ਨਹੀਂ ਸਾਨੂੰ ਬਹੁਤ ਅਪਸ਼ਬਦ ਬੋਲੇ ਜੀ ਅੰਦਰ, ਠੀਕ ਹੈ ਜੀ। ਅਸੀਂ ਫਿਰ ਬੇਨਤੀ ਕੀਤੀ ਸਾਰਿਆਂ ਨੂੰ, ਅਸੀਂ ਅਫਸਰ ਸਾਹਿਬਾਨ ਨੂੰ ਵੀ ਕੀਤੀ, 112 'ਤੇ ਕਾਲ ਕੀਤੀ ਹੈ ਜੀ, ਠੀਕ ਹੈ ਜੀ। ਅਫਸਰ ਸਾਹਿਬਾਨ ਵੀ ਆਏ ਹੋਏ ਨੇ ਅਤੇ ਇਸ ਕਰਕੇ ਵੀ ਇਹਨਾਂ 'ਤੇ ਬਣਦੀ ਜਿਹੜੀ ਕਾਰਵਾਈ ਹੈ ਜੀ ਉਹ ਜ਼ਰੂਰੀ ਹੈ ਜੀ, ਬਣਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਜਗਜੀਤ ਸਿੰਘ ਏਐਸ ਜੀ। ਹਾਂਜੀ, ਕੀ ਕਹਿਣਾ ਚਾਹੁੰਗਾ ਜਿਹੜਾ ਤੁਸੀਂ ਇੱਥੇ ਹੋਸਪਿਟਲ ਆਏ? ਇਹਨਾਂ ਨੇ 112 'ਤੇ 100 ਨੰਬਰ 'ਤੇ ਕਾਲ ਕੀਤੀ ਸੀਗੀ ਜੀ, ਅਸੀਂ ਉਸ ਸੰਬੰਧ ਦੇ ਵਿੱਚ ਇੱਥੇ ਆਏ ਹਾਂ ਅਤੇ ਇਹਨਾਂ ਦੀ ਸੈਟਿਸਫਾਈ ਕਰਾਈ ਹੈ, ਕੋਈ ਹਜੇ ਕੋਈ ਗੱਲਬਾਤ ਨਹੀਂ ਅੱਗੇ ਤਾਂ। ਇਹਨਾਂ ਨੇ ਮਤਲਬ ਕਿਹਾ ਵੀ ਸਾਡਾ ਇਹਨਾਂ ਨੇ ਰਿਜੈਕਟ ਕਰਤੀ ਫਾਈਲ, ਉਹਦੇ ਬਾਰੇ ਕਾਰਵਾਈ ਕਰਾਉਣਗੇ ਅੱਗੇ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।